ਡੇਂਗੂ ਦੇ ਕੇਸ ਜਿਹੜੇ ਲਗਾਤਾਰ ਵੱਧ ਰਹੇ ਨੇ, ਉਸੇ ਚੀਜ਼ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਕੂਲਾਂ ਦੇ ਵਿੱਚ ਗਾਈਡਲਾਈਨਸ ਜਾਰੀ ਕਰ ਦਿੱਤੀ ਗਈ ਹੈ। ਜਿਹੜਾ ਬੱਚਾ ਡੇਂਗੂ ਨੂੰ ਲੈ ਕੇ ਜਾਣਕਾਰੀ ਦੇਵੇਗਾ ਜਾਂ ਲਾਰਵੇ ਦੀ ਜਾਣਕਾਰੀ ਦੇਵੇਗਾ, ਉਹਨੂੰ ਇੱਕ ਨੰਬਰ ਦਿੱਤਾ ਜਾਵੇਗਾ। ਹੁਣ ਕਿਸੇ ਵੀ ਤਰ੍ਹਾਂ ਦੀ ਦਵਾਈ ਜਾਂ ਟੈਸਟਾਂ ਲਈ ਪ੍ਰਾਈਵੇਟ ਹਸਪਤਾਲਾਂ ਦੇ ਚੱਕਰ ਨਹੀਂ ਲਗਾਉਣੇ ਪੈਂਦੇ ਤੇ ਖਰਚੇ ਦਾ ਡਰ ਵੀ ਨਹੀਂ ਸਤਾਉਂਦਾ, ਸਗੋਂ ਮੁਹੱਲਿਆਂ 'ਚ ਖੁੱਲ੍ਹੇ ਆਮ ਆਦਮੀ ਕਲੀਨਿਕ ਮੁਫ਼ਤ 'ਚ ਸੇਵਾਵਾਂ ਪ੍ਰਦਾਨ ਕਰ ਰਹੇ ਨੇ। ਇਹ ਸਭ ਮੁਮਕਿਨ ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ, ਜਿਨ੍ਹਾਂ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਮੁਫ਼ਤ 'ਚ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ। ਇਸ ਦੇ ਚਲਦਿਆਂ ਪੰਜਾਬ 'ਚ ਹੁਣ ਤੱਕ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ, ਜਿਨ੍ਹਾਂ ਦੇ ਵਿੱਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ। ਇੰਨਾ ਹੀ ਨਹੀਂ, ਇਹਨਾਂ ਕਲੀਨਿਕਾਂ 'ਚ ਮਾਹਿਰ ਡਾਕਟਰ ਲੋਕਾਂ ਨੂੰ ਸੇਵਾਵਾਂ ਦੇ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜਾਨਮ ਕੁਮਾਰ ਹੈ। ਮੈਂ ਤੁਹਾਨੂੰ ਮੁਹੱਲਾ ਕਲੀਨਿਕ ਬਾਰੇ ਦੱਸਣਾ ਚਾਹੁੰਦਾ ਹਾਂ। ਪੰਜਾਬ ਸਰਕਾਰ ਨੇ ਮੁਹੱਲਾ ਕਲੀਨਿਕ ਹਰ ਥਾਂ ਖੋਲ੍ਹੇ ਹੋਏ ਨੇ, ਜਿਸ ਕਰਕੇ ਸਾਡੇ ਵਰਗੇ ਲੋਕਾਂ ਨੂੰ ਅਤੇ ਸਾਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ। ਪਹਿਲਾਂ ਆਪਾਂ ਟੈਸਟ ਵੀ ਬਾਹਰੋਂ 500-1000 ਦੇ ਕਰਵਾਉਂਦੇ ਸੀ, ਇੱਥੇ ਤਾਂ ਹੁਣ ਟੈਸਟ ਵੀ ਫ੍ਰੀ ਹੁੰਦੇ ਨੇ। ਮੈਂ ਪੰਜਾਬ ਸਰਕਾਰ ਦਾ ਦਿਲੋਂ ਧੰਨਵਾਦ ਕਰਦਾ। ਰੰਗਲਾ ਪੰਜਾਬ 'ਚ ਬਣਾਉਣਾ, ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ, ਕਿਉਂਕਿ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਸੋ ਸਿਹਤਮੰਦ ਪੰਜਾਬ, ਇਹ ਦਾਰਾ ਸਿੰਘ ਦਾ ਪੰਜਾਬ ਹੈ, ਇਹ ਮਿਲਖਾ ਸਿੰਘ ਦਾ ਪੰਜਾਬ ਹੈ, ਇਹ ਹਾਕੀ ਦਾ, ਫੌਜ 'ਚ ਭਰਤੀ ਹੋਣ ਵਾਲੇ ਜਰਨੈਲਾਂ ਦਾ ਪੰਜਾਬ ਹੈ। ਅੱਜ ਅਸੀਂ ਲੁਧਿਆਣੇ ਦੇ ਸਰਕਾਰੀ ਸਕੂਲ 'ਚ ਪਹੁੰਚੇ ਹਾਂ, ਗੱਲਬਾਤ ਕਰਾਂਗੇ ਵੀ ਕਿੱਦਾਂ ਦੀ ਗਾਈਡਲਾਈਨਸ ਦਿੱਤੀ ਗਈ, ਅਤੇ ਸਾਡੇ ਨਾਲ ਸਕੂਲ ਪ੍ਰਿੰਸੀਪਲ ਵੀ ਹੈਗੇ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਹਾਂਜੀ ਸਰ, ਪੰਜਾਬ ਸਰਕਾਰ ਵੱਲੋਂ ਗਾਈਡਲਾਈਨਸ ਦਿੱਤੀ ਗਈ, ਕਿੱਦਾਂ ਦੀ ਗਾਈਡਲਾਈਨਸ ਆ, ਬੱਚਿਆਂ ਨੂੰ ਕੀ ਸਿਖਾਇਆ ਜਾ ਰਿਹਾ, ਕਿੱਦਾਂ ਅਵੇਅਰਨੈਸ ਕੀਤੀ ਜਾ ਰਹੀ ਹੈ ਡੇਂਗੂ ਨੂੰ ਲੈ ਕੇ? ਜੋ ਪੰਜਾਬ ਸਰਕਾਰ ਤੋਂ ਗਾਈਡੈਂਸ ਆਈ ਹੈ ਬੜੀ ਅੱਛੀ ਹੈ। ਇਸ ਗਾਈਡੈਂਸ ਦੇ ਨਾਲ ਜੇ ਸਾਡੇ ਨਾਲ ਬੱਚੇ ਵੀ ਐਕਟਿਵ ਹੋ ਕੇ ਕੰਮ ਕਰਨਗੇ ਤਾਂ ਅਸੀਂ ਇਹ ਜਿਹੜੀ ਬਿਮਾਰੀ ਹੈ ਉਹਦੇ 'ਤੇ ਕਾਬੂ ਪਾ ਲਵਾਂਗੇ। ਜਿਵੇਂ ਹੁਣ ਬੱਚੇ ਆਪਣੇ ਘਰਾਂ ਵਿੱਚ ਛੋਟੀ ਛੋਟੀ ਰਿਪੋਰਟਿੰਗ ਬਣਾਉਣਗੇ, ਮੇਰੇ ਸਕੂਲ ਵਿੱਚ ਰਿਪੋਰਟਿੰਗ ਬਣਾਉਣਗੇ, ਉਸ ਰਿਪੋਰਟਿੰਗ ਦੇ ਕੀ ਰਿਜ਼ਲਟ ਨਿਕਲੇ ਹੈ, ਜੇ ਉਹ ਸਾਨੂੰ ਰਿਜ਼ਲਟ ਜਦੋਂ ਸਾਨੂੰ ਉਹ ਦੇਣਗੇ ਉਸ ਰਿਜ਼ਲਟ ਦੇ ਅਕੋਰਡਿੰਗਲੀ ਜੋ ਪੰਜਾਬ ਸਰਕਾਰ ਵੱਲੋਂ ਸਾਨੂੰ ਇੱਕ ਨੰਬਰ ਦੇਣ ਦੀ ਹਦਾਇਤ ਆ ਰਹੀ ਹੈ, ਅਸੀਂ ਉਹ ਇੱਕ ਨੰਬਰ ਉਹਨਾਂ ਬੱਚਿਆਂ ਨੂੰ ਦੇਵਾਂਗੇ ਐਕਸਟਰਾ। ਮੇਰੇ ਕੋਲ 5000 ਬੱਚਾ ਜੀ, ਅਤੇ ਜੇ ਮੇਰਾ 5000 ਬੱਚਾ ਜਾ ਕੇ ਕੰਮ ਕਰੇਗਾ ਤਾਂ ਮੈਨੂੰ ਲੱਗਦਾ ਹੈ ਕਿ ਇੱਕ ਲੁਧਿਆਣੇ ਦਾ ਬਹੁਤ ਵੱਡਾ ਇਹ ਸਕੂਲ ਹੈ, ਕੇਂਦਰੀ ਸੰਸਥਾਨ ਹੈ, ਤਾਂ ਅਸੀਂ ਲੁਧਿਆਣੇ ਦੇ ਵਿੱਚ ਬਹੁਤ ਘੱਟੋ ਘੱਟ 5000 ਘਰਾਂ ਦੇ ਵਿੱਚ ਜਿਹੜੇ ਡੇਂਗੂ ਦੇ ਬਿਮਾਰ ਲੋਕ ਨੇ ਉਹਨਾਂ 'ਤੇ ਕਾਬੂ ਪਾ ਲਾਂਗੇ। ਸਰ, ਕੀ ਲੱਗਦਾ 5000 ਦੇ ਸਕੂਲ ਹੈ, 5000 ਦੇ ਤਕਰੀਬਨ ਬੱਚੇ ਪੜ੍ਹਦੇ ਨੇ ਸਕੂਲ ਦੇ ਵਿੱਚ, ਕੀ ਲੱਗਦਾ ਸਾਰੇ ਦੇ ਮਾਰਕਸ ਲੈ ਕੇ ਆਉਣ, ਵੀ ਆਉਣ ਵਾਲੇ ਟਾਈਮ ਦੇ ਵਿੱਚ ਡੇਂਗੂ ਤੋਂ ਬਚਿਆ ਜਾ ਸਕਦਾ, ਕਿਉਂਕਿ ਜਿਸ ਹਿਸਾਬ ਨਾਲ ਪੰਜਾਬ ਸਰਕਾਰ ਨੇ ਜਿਹੜੀ ਗਾਈਡਲਾਈਨਸ ਜਾਰੀ ਕੀਤੀ? ਦੇਖੋ, ਜੋ ਪੰਜਾਬ ਸਰਕਾਰ ਨੇ ਸੋਚਿਆ ਬਹੁਤ ਅੱਛਾ ਸੋਚਿਆ। ਸਾਡੀ ਮਾਨ ਸਰਕਾਰ ਜਿਹੜੀ ਹੈ ਹਰ ਇੱਕ ਛੋਟੇ ਛੋਟੇ ਪਹਿਲੂ ਵੱਲ ਜਾ ਰਹੀ ਹੈ, ਤਾਂ ਇਹ ਵੀ ਇੱਕ ਬਹੁਤ ਵੱਡਾ ਪਹਿਲੂ ਹੈ। ਜਿਸ ਵੱਡੇ ਪਹਿਲੂ ਨੂੰ ਅਸੀਂ ਲੈ ਕੇ ਜੇ ਅਸੀਂ ਬੱਚਿਆਂ ਨੂੰ ਐਕਟਿਵ ਕਰ ਦੇਵਾਂਗੇ ਤਾਂ ਸਾਡੇ 5000 ਵਲੰਟੀਅਰ ਖੜ੍ਹੇ ਹੋ ਗਏ, ਅਤੇ ਜੇ ਉਹ 5000 ਵਲੰਟੀਅਰਾਂ ਨੇ ਕੰਮ ਕਰਨਾ ਸ਼ੁਰੂ ਕਰਤਾ ਤਾਂ ਬੜੇ ਵੱਡੇ ਲੈਵਲ ਦੇ ਉੱਤੇ ਸਾਨੂੰ ਇਹਦੇ 'ਚ ਸਫਲਤਾ ਮਿਲ ਜਾਏਗੀ ਡੇਂਗੂ 'ਤੇ ਕਾਬੂ ਪਾਉਣ 'ਚ। ਸਰ, ਬੱਚਿਆਂ ਨੂੰ ਕਿੱਦਾਂ ਅਵੇਅਰਨੈਸ ਕੀਤੀ ਜਾ ਰਹੀ, ਕਿਹੜੇ ਕਿਹੜੇ ਚੀਜ਼ਾਂ ਦੱਸੀ ਜਾ ਰਹੀ, ਜਿਵੇਂ ਖੜਿਆ ਪਾਣੀ ਹੁੰਦਾ ਜਾਂ ਕੂਲਰ 'ਚ ਪਾਣੀ ਆ ਜਾਂ ਹੋਰ ਵੀ ਕਈ ਚੀਜ਼ਾਂ ਹੁੰਦੀਆਂ, ਕਿੱਦਾਂ ਬੱਚਿਆਂ ਨੂੰ ਕਿੱਦਾਂ ਸਮਝਾਇਆ ਜਾ ਰਿਹਾ? ਸਾਡੇ ਜਿਹੜੇ ਅਵੇਅਰਨੈਸ ਆਫੀਸਰਸ ਨੇ, ਸਾਡੇ ਅਮਰਿੰਦਰ ਸਿੰਘ ਨੇ, ਸ਼ਸ਼ੀ ਜੀ ਨੇ, ਗਗਨ ਜੀ ਨੇ, ਅਸੀਂ ਇਹਨਾਂ ਨੂੰ ਹੋਰ ਸਾਡੇ ਸਾਇੰਸ ਅਧਿਆਪਕ ਅਤੇ ਬੜੇ ਹੋਰ ਨੋਡਲ ਆਫੀਸਰਸ ਅਸੀਂ ਲਗਾਏ ਹੋਏ ਹਨ, ਜਿਹੜੇ ਕਿ ਬੱਚਿਆਂ ਨੂੰ ਅਵੇਅਰ ਵੀ ਕਰਦੇ ਆ ਵੀ ਜੇ ਤੁਸੀਂ ਤੁਹਾਡੇ ਕੂਲਰ ਵਿੱਚ ਪਾਣੀ ਪਿਆ ਤਾਂ ਉਹਨੂੰ ਡਰਾਈ ਕਰੋ, ਉਹਨੂੰ ਕੈਰੀਸਨ ਆਇਲ ਦੇ ਨਾਲ ਉਹਨੂੰ ਫਿਰ ਇੱਕ ਵਾਰ ਉਹਦੇ 'ਚ ਸਪਰੇ ਕਰੋ ਤਾਂ ਕਿ ਉਹ ਜੇ ਲਾਰਵਾ ਪੈਦਾ ਵੀ ਹੋਇਆ ਮਰ ਜਾਵੇ। ਉਸ ਤੋਂ ਇਲਾਵਾ ਜੇ ਕਿਸੇ ਟੁੱਟੇ ਪੁੱਟੇ ਭਾਂਡੇ ਦੇ ਵਿੱਚ ਵੀ ਪਾਣੀ ਪਿਆ
ਤਾਂ ਉਸ ਪਾਣੀ ਨੂੰ ਵੀ ਡਿਸਪੋਜ਼ ਆਫ ਕਰੋ, ਕਿਉਂਕਿ ਇਹ ਲਾਰਵਾ ਕਦੀ ਵੀ ਗੰਦੇ ਪਾਣੀ 'ਚ ਪੈਦਾ ਨਹੀਂ ਹੁੰਦਾ। ਇਹ ਲਾਰਵਾ ਹਮੇਸ਼ਾ ਜਾਂ ਤਾਂ ਰੇਨ ਵਾਟਰ 'ਚ ਪੈਦਾ ਹੋਏਗਾ, ਜਾਂ ਜਿਹੜਾ ਸਾਡਾ ਕਿਸੇ ਨਾ ਕਿਸੇ ਕਾਰਨ ਟੈਂਕੀ ਤੋਂ ਪਾਣੀ ਜਾਂ ਕਿਸੇ ਸਾਡੇ ਟੂਟੀ ਟੈਪ ਰਾਹੀਂ ਪਾਣੀ ਇਕੱਠਾ ਹੋ ਜਾਂਦਾ ਸਾਫ਼, ਉੱਥੋਂ ਹੀ ਲਾਰਵਾ ਪੈਦਾ ਹੁੰਦਾ। ਅਸੀਂ ਬੱਚਿਆਂ ਨੂੰ ਹਮੇਸ਼ਾ ਅਵੇਅਰ ਕਰਦੇ ਹਾਂ ਕਿ ਇਸ ਪਾਣੀ ਨੂੰ ਤੁਸੀਂ ਖੜਨ ਹੀ ਨਹੀਂ ਦੇਣਾ, ਉਹਨੂੰ ਝਾੜੂ ਦੇ ਨਾਲ ਕਿਸੇ ਵੀ ਤਰੀਕੇ ਦੇ ਨਾਲ ਉਹਨੂੰ ਸੁੱਕਾ ਕਰੋ, ਅਤੇ ਸੁੱਕਾ ਕਰਕੇ ਜੇ ਹੋ ਸਕਦਾ ਤਾਂ ਉੱਥੇ ਪੈਟਰੋਲ ਜਾਂ ਕੈਰੋਸਿਨ ਆਇਲ ਦਾ ਸਪਰੇਅ ਵੀ ਇੱਕ ਵਾਰ ਹੋ ਜਾਵੇ ਤਾਂ ਇਹ ਲਾਰਵਾ ਕਦੀ ਵੀ ਪੈਦਾ ਨਹੀਂ ਹੋਏਗਾ। ਜੀ ਬਿਲਕੁਲ, ਸਕੂਲ ਦੇ ਬੱਚੇ ਵੀ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ। ਕਿੱਦਾਂ ਦੀ ਬੇਟੇ ਕਿੱਦਾਂ ਦੀ ਗਾਈਡਲਾਈਨਸ ਦਿੱਤੀ ਜਾ ਰਹੀ ਆ ਵੀ ਡੇਂਗੂ ਤੋਂ ਬਚਣ ਲਈ, ਕਿਉਂਕਿ ਲਗਾਤਾਰ ਡੇਂਗੂ ਦੇ ਜਿਹੜੇ ਕੇਸ ਜਿਹੜੇ ਸਾਹਮਣੇ ਆ ਰਹੇ, ਕਿੱਦਾਂ ਸਕੂਲ ਵੱਲੋਂ ਪ੍ਰਸ਼ਾਸਨ ਵੱਲੋਂ ਕਿੱਦਾਂ ਦੀ ਤੁਹਾਨੂੰ ਗਾਈਡਲਾਈਨਸ ਦਿੱਤੀ ਜਾ ਰਹੀ ਹੈ ਤਾਂ ਕਿ ਡੇਂਗੂ ਤੋਂ ਬਚਿਆ ਜਾ ਸਕੇ? ਸਾਨੂੰ ਕਈ ਤਰ੍ਹਾਂ ਦੀ ਗਾਈਡਲਾਈਨਸ ਦਿੱਤੀ ਜਾ ਰਹੀਆਂ ਨੇ, ਜਿਵੇਂ ਸਕੂਲ ਦੇ ਬਾਰੇ ਵੀ ਸਕੂਲ ਦੇ ਵਿੱਚ ਕਿਤੇ ਵੀ ਗਮਲਿਆਂ ਦੇ ਵਿੱਚ ਵੀ ਜਾਂ ਕੋਈ ਵੀ ਟੋਏ ਦੇ ਵਿੱਚ ਪਾਣੀ ਨਹੀਂ ਖੜਨ ਦੇਣਾ। ਉਹ ਅਸੀਂ ਜਾਂ ਤਾਂ ਟੀਚਰਸ ਨੂੰ ਇਨਫੋਰਮ ਕਰਕੇ ਸਫਾਈ ਕਰਾ ਸਕਦੇ ਹਾਂ ਸਫਾਈ ਕਰਮਚਾਰੀਆਂ ਵੱਲੋਂ, ਜਾਂ ਅਸੀਂ ਉਹ ਖੁਦ ਵੀ ਕਰ ਸਕਦੇ ਕਿਉਂਕਿ ਇਹ ਸਾਡਾ ਫਰਜ਼ ਵੀ ਹੈ। ਘਰ ਦੇ ਵਿੱਚ ਕੀ ਕਹਿੰਦੇ ਕੂਲਰ ਹੁੰਦੇ ਨੇ, ਕੂਲਰਾਂ ਦੇ ਵਿੱਚ ਵੀ ਕਈ ਵਾਰ ਪਾਣੀ ਰਹਿ ਜਾਂਦਾ, ਉਹਨੂੰ ਵੀ ਨਿਰੰਤਰ ਸਾਫ਼ ਕਰਦੇ ਰਹਿਣਾ ਚਾਹੀਦਾ। ਅਤੇ ਜਿਹੜੀ ਫਾਈਬਰ ਦੀ ਪਾਈਪ ਹੈ ਉਹਦੇ ਫਾਈਬਰ ਲੱਗੀ ਹੁੰਦੀ ਹੈ, ਉਹਨੂੰ ਵੀ ਕੈਰੋਸਿਨ ਆਇਲ ਨਾਲ ਸਪਰੇਅ ਕਰਕੇ ਸਾਫ਼ ਕਰ ਦੇਣਾ ਚਾਹੀਦਾ, ਕਿਉਂਕਿ ਉਸ ਵਿੱਚ ਵੀ ਕਈ ਵਾਰ ਪਾਣੀ ਦੀ ਬੂੰਦਾਂ ਰਹਿ ਜਾਂਦੀਆਂ ਜਿਸ ਕਰਕੇ ਲਾਰਵਾ ਪੈਦਾ ਹੋ ਸਕਦਾ ਅਤੇ ਲਾਰਵੇ ਨਾ ਡੇਂਗੂ। ਜੀ ਬਿਲਕੁਲ, ਬੱਚਿਆਂ ਨੂੰ ਵੀ ਗਾਈਡ ਕੀਤਾ ਜਾ ਰਿਹਾ ਕਿ ਕਿੱਦਾਂ ਬਚਿਆ ਜਾ ਸਕਦਾ। ਬਟ ਹੋਰ ਕਿਹੜੇ ਕਿਹੜੇ ਤਰੀਕੇ ਨੇ ਜਿਨ੍ਹਾਂ ਨਾਲ ਡੇਂਗੂ ਤੋਂ ਬਚਿਆ ਜਾ ਸਕਦਾ, ਜਿਵੇਂ ਕੂਲਰ ਦਾ ਪਾਣੀ ਹੋ ਗਿਆ ਜਾਂ ਆਸ ਪਾਸ ਜਿਹੜਾ ਪਾਣੀ ਖੜਾ ਨਹੀਂ ਹੋਣਾ ਚਾਹੀਦਾ, ਹੋਰ ਕਿਹੜੇ ਕਿਹੜੇ ਤੁਹਾਨੂੰ ਗਾਈਡਲਾਈਨਸ ਦਿੱਤੀ ਗਈ ਹੈ ਤਾਂ ਕਿ ਡੇਂਗੂ ਤੋਂ ਬਚਿਆ ਜਾ ਸਕੇ? ਸਰ, ਡੇਂਗੂ ਦਾ ਮੱਛਰ ਜਦ ਵੀ ਸਰ ਕੱਟਦਾ ਆਪਣੀਆਂ ਨੰਗੀਆਂ ਬਾਹਾਂ 'ਤੇ ਜਾਂ ਪੈਰਾਂ 'ਤੇ ਕੱਟਦਾ, ਤਾਂ ਸਰ ਸਾਨੂੰ ਫੁੱਲ ਸਲੀਪ ਪਾ ਕੇ ਰੱਖਣੀਆਂ ਚਾਹੀਦੀਆਂ ਨੇ, ਕਿਤੇ ਵੀ ਪਾਣੀ ਨਹੀਂ ਇਕੱਠਾ ਹੋਣਾ ਚਾਹੀਦਾ, ਕਿਉਂਕਿ ਸਾਫ਼ ਪਾਣੀ ਦੇ ਵਿੱਚ ਜ਼ਿਆਦਾਤਰ ਡੇਂਗੂ ਦਾ ਮੱਛਰ ਹੈ ਜੋ ਪੈਦਾ ਹੁੰਦਾ। ਅਤੇ ਸਰ, ਜੇਕਰ ਅਸੀਂ ਪੂਰੀਆਂ ਬਾਹਾਂ 'ਤੇ ਸਲੀਪ ਲਵਾਂਗੇ ਆਪਣੇ ਸਰੀਰ 'ਤੇ ਕੱਟ ਨਹੀਂ ਪਾਏਗਾ, ਜਿਸ ਕਾਰਨ ਆਪਾਂ ਨੂੰ ਡੇਂਗੂ ਦੀ ਬਿਮਾਰੀ ਨਹੀਂ ਹੋਵੇ। ਅੱਛਾ, ਹੁਣ ਕਿੰਨੇ ਚਿਰ ਹੋ ਗਿਆ ਤੁਹਾਨੂੰ ਅਵੇਅਰਨੈਸ ਦਿੰਦੇ ਨੂੰ ਸਕੂਲ ਦੇ ਵਿੱਚ? ਡੇਲੀ ਤੁਹਾਨੂੰ ਦੱਸਿਆ ਜਾਂਦਾ, ਡੇਲੀ ਸਕੂਲ ਦੇ ਵਿੱਚ ਪ੍ਰੈਕਟਿਸ ਕਰਾਈ ਜਾਂਦੀ ਹੈ ਕਿ ਤੁਹਾਨੂੰ ਆਲਾ ਦੁਆਲਾ ਦਿਖਾਇਆ ਜਾਂਦਾ ਜਾ ਕੇ? ਯੈਸ ਸਰ, ਡੇਲੀ ਸਰ ਸਭ ਤੋਂ ਪਹਿਲਾਂ ਪ੍ਰੇਅਰ ਦੇ ਵਿੱਚ ਦੱਸਿਆ ਜਾਂਦਾ ਕਿ ਫੁੱਲ ਬਾਜੂ ਦੀ ਸਟ੍ਰਿਪਸ ਪਾ ਕੇ ਰੱਖਣੀਆਂ ਚਾਹੀਦੀਆਂ ਨੇ ਸਰ। ਫਿਰ ਦੂਜੇ ਪਾਸੇ ਸਾਡੇ ਸਕੂਲ ਦੇ ਵਿੱਚ ਸਕਾਊਟ ਵਿੰਗ ਅਤੇ NS ਵਿੰਗ ਵੀ ਨੇ ਜਿਹੜੇ ਸਰ ਸਾਨੂੰ ਅਵੇਅਰ ਕਰਦੇ ਨੇ, ਅਤੇ ਪੋਸਟਰ ਮੇਕਿੰਗ ਦੇ ਨਾਲ ਵੀ ਸਰ ਸਾਨੂੰ ਦੱਸਿਆ ਜਾਂਦਾ। ਹੋਰ ਬੇਟੇ, ਕਿੱਦਾਂ ਤੁਹਾਨੂੰ ਕੀ ਲੱਗਦਾ ਕਿੰਨਾ ਡੇਂਗੂ ਤੋਂ ਬਚਾਇਆ ਜਾ ਸਕਦਾ, ਕਿਹੜੇ ਕਿਹੜੇ ਹਦਾਇਤਾਂ ਹੋਣੀਆਂ ਚਾਹੀਦੀਆਂ ਤਾਂ ਕਿ ਡੇਂਗੂ ਵਰਗੀ ਬਿਮਾਰੀ ਨਾ ਲੱਗ ਸਕੇ? ਹਾਂਜੀ, ਸਾਡੇ ਸਕੂਲ ਦੇ ਇੰਨੇ ਬੱਚੇ ਹੈਗੇ, ਉਹਨਾਂ ਨੂੰ ਸਾਰਿਆਂ ਨੂੰ ਹਦਾਇਤਾਂ ਦੇ ਰਹੇ ਆ ਸਾਰੇ ਪ੍ਰਿੰਸੀਪਲ ਸਰ ਅਤੇ ਟੀਚਰ, ਅਤੇ ਇਹ ਬੱਚੇ ਜਿਹੜੇ ਹੈਗੇ ਆ ਘਰੇ ਜਾ ਕੇ ਸਾਰੇ ਆਪਣੇ ਫੈਮਿਲੀ ਵਾਲਿਆਂ ਨੂੰ ਅਤੇ ਗਲੀ ਵਾਲਿਆਂ ਨੂੰ ਵੀ ਦੱਸਣਗੇ, ਅਤੇ ਉਹਦੇ ਨਾਲ ਸਾਰੇ ਦੇ ਸਾਰੇ ਜਿਹੜੇ ਆ ਉਹਨੂੰ ਉਹਨੂੰ ਪਤਾ ਲੱਗ ਜੂਗਾ, ਇਹਦੇ ਵਿੱਚ ਜਾਗਰੂਕ ਹੋ ਜਾਣਗੇ, ਅਤੇ ਉਹ ਫਿਰ ਇਹਦਾ ਜਿਹੜੇ ਸਾਰੇ ਮਤਲਬ ਕਿੱਥੇ ਵੀ ਪਾਣੀ ਨਹੀਂ ਖੜਨ ਦੇਣਗੇ, ਅਤੇ ਇਹ ਬਿਮਾਰੀ ਜਿਹੜੀ ਆ ਕਮ ਹੋ ਜੂਗੀ। ਅੱਛਾ, ਪੰਜਾਬ ਸਰਕਾਰ ਕਹਿੰਦੇ ਜਿਹੜੇ ਬੱਚੇ ਦੱਸਣਗੇ ਜਾਣਕਾਰੀ ਦੇਣ, ਕਹਿੰਦੇ ਉਹਨਾਂ ਨੂੰ ਇੱਕ ਨੰਬਰ ਦਿੱਤਾ ਜਾਊਗਾ? ਹਾਂਜੀ, ਦਿੱਤਾ ਜਾਊਗਾ, ਕਿਉਂਕਿ ਬੱਚੇ ਊਂ ਕਰਨ ਜਾਂ ਨਾ ਕਰਨ ਬਟ ਇੱਕ ਨੰਬਰ ਦੇ ਲਈ ਕਰਨਗੇ, ਅਤੇ ਇੱਕ ਬੱਚੇ ਦੇ ਲਿੰਕ 'ਚ ਘੱਟੋ ਘੱਟ 50-60 ਬੱਚੇ ਤਾਂ ਹੁੰਦੇ ਆ, ਅਤੇ ਉਹ ਜੇ ਘਰ ਜਾ ਕੇ ਵੀ ਜਾਗਰੂਕ ਕਰੇਗਾ ਉਹਨਾਂ ਨੂੰ ਤਾਂ ਇੱਕ ਬੱਚੇ ਤੋਂ ਲੈ ਕੇ 50-60 ਬੱਚੇ ਉਹੀ ਕੰਮ ਕਰਨਗੇ। ਜੀ ਬਿਲਕੁਲ, ਸਕੂਲ ਦੇ ਵਿੱਚ ਪਹੁੰਚੇ, ਸਰਕਾਰੀ ਸਕੂਲ ਦੇ ਵਿੱਚ ਪਹੁੰਚੇ ਜਿੱਥੇ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਗਾਈਡਲਾਈਨ ਦਿੱਤੀ ਗਈ ਹੈ ਕਿ ਡੇਂਗੂ ਤੋਂ ਕਿੱਦਾਂ ਬਚਿਆ ਜਾ ਸਕਦਾ, ਬੱਚਿਆਂ ਨੂੰ ਅਵੇਅਰਨੈਸ ਕੀਤੀ ਜਾ ਰਹੀ ਆ, ਇੱਕ ਨੰਬਰ ਦੇਣ ਦੀ ਗੱਲ ਕੀਤੀ ਜਾ ਰਹੀ ਹੈ, ਬੱਚਿਆਂ ਨੂੰ ਸਿਖਾਇਆ ਜਾ ਰਿਹਾ ਕਿਤੇ ਵੀ ਤੁਹਾਨੂੰ ਪਾਣੀ ਖੜਿਆ ਮਿਲਦਾ ਉਹਦੀ ਸਾਫ਼ ਸਫਾਈ ਰੱਖੋ ਤਾਂ ਕਿ ਡੇਂਗੂ ਵਰਗੀ ਕਿਸੇ ਦੀ ਪ੍ਰਕਾਰ ਦੀ ਬਿਮਾਰੀ ਨਾ ਲੱਗ ਸਕੇ। ਲੁਧਿਆਣਾ ਤੋਂ ਲਖਵਿੰਦਰ ਸਿੰਘ, ਦੈਨਿਕ ਸਵੇਰਾ ਟੀਵੀ। ਦੇਸ਼ ਦੁਨੀਆ ਕੀ ਹਰ ਖਬਰ ਸਭਸੇ ਪਹਿਲੇ ਦੇਖਣੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ WhatsApp ਚੈਨਲ ਪਰ।